ਪਿੱਛੇ ਹੋ ਜਾਓ ਭਾਜੀ, ਪਿੱਛੇ ਹੋ ਜਾਓ ਸਾਰੇ। ਬਹੁਤ ਭਾਜੀ, ਥੋੜਾ ਜਿਹਾ ਮੈਨੂੰ ਸ਼ਾਰਟ ਬਣਾ ਲੈਂਦੇ ਭਾਜੀ। ਸੁਰਿੰਦਰ ਸਿੰਘ ਜੀ ਦੇ, ਜਿਹਨਾਂ ਨੇ ਸਾਨੂੰ ਸਾਰਿਆਂ ਨੂੰ, ਅਫਸਰ ਸਾਹਿਬਾਨ, ਵੇਨੂ ਸਰ, ਅਜੋਏ, ਸਾਡੇ ਡਾਇਰੈਕਟਰ ਸਾਹਿਬ, ਅਸੀਂ ਸਾਰੇ ਦਿੱਲੀ ਗਏ ਸੀ ਆਪਣਾ ਪਲਾਨ ਲੈ ਕੇ, ਅਤੇ ਜਿੰਨਾ ਚਾਹੁੰਦੇ ਸੀ ਉਹਦੇ ਨਾਲੋਂ ਲੱਖ ਗੁਣਾ ਜ਼ਿਆਦਾ ਮਿਲ ਗਿਆ। ਅਤੇ ਮਤਲਬ ਜਿਹਨੂੰ ਕਹਿੰਦੇ ਨੇ ਨਾ, ਭਾਰਤ ਸਰਕਾਰ ਨੇ ਦਿੱਤਾ ਅਤੇ ਛੱਪੜ ਫਾੜ ਕੇ ਦਿੱਤਾ। ਉਹਦਾ ਕਾਰਨ ਇਹ ਹੈ ਕਿ ਅਸੀਂ 50 ਕਰੋੜ ਰੁਪਈਏ ਦੇ ਕੇ ਪੁਰੀ ਸਾਹਿਬ ਤੋਂ, ਔਰ ਉਹਦਾ ਧੰਨਵਾਦ ਕਰਦੇ ਹਾਂ, ਸਮੀਰ ਸਾਹਿਬ ਇੱਥੇ ਉਹ ਸਮਾਰਟ ਸਿਟੀਜ਼ ਦੇ ਵਾਸਤੇ ਰਿਵਿਊ ਵਾਸਤੇ ਆਏ ਹੋਏ ਆ, ਅਤੇ ਜੇਤਲੀ ਸਾਹਿਬ ਨੂੰ ਰਿਕੁਐਸਟ ਕਰਨੀ ਹੈ ਕਿ ਉਹ ਐਤਕੀ ਦੀ ਜਿਹੜੀ ਫਾਈਨੈਂਸ਼ੀਅਲ ਕਮੇਟੀ ਦੀ ਮੀਟਿੰਗ ਹੈ ਉਹਦੇ ਵਿੱਚ ਸਾਡਾ ਵੱਡਾ ਪਲਾਨ ਜਿਹੜਾ ਹੈ ਉਹ ਪਾਉਣ, ਔਰ ਇਸ ਕਰਕੇ ਮੈਂ ਦਿੱਲੀ ਵੀ ਜਾਵਾਂਗਾ ਜੇ ਚੀਫ ਮਿਨਿਸਟਰ ਸਾਹਿਬ ਜਾ ਸਕਣ, ਅਤੇ ਸਾਡੇ ਲਈ ਅਸੀਂ ਵਡਭਾਗੀ ਹੋਵਾਂਗੇ। ਸੋ 50 ਕਰੋੜ ਰੁਪਈਏ ਦੇ ਕੇ ਸਾਨੂੰ 500 ਕਰੋੜ ਰੁਪਈਏ ਸਮਾਰਟ ਸਿਟੀਜ਼ ਲਈ ਪੁਰੀ ਸਾਹਿਬ ਨੇ ਦਿੱਤਾ, ਜੇਤਲੀ ਸਾਹਿਬ ਦੀ ਹਦਾਇਤ, ਉਹਨਾਂ ਦੀ ਆਪਸ ਦੇ ਵਿੱਚ ਤਾਲਮੇਲ ਦੇ ਨਾਲ। ਇਹ ਤੁਸੀਂ ਇਹ ਸੋਚ ਲਓ ਕਿ 200 ਕਰੋੜ ਰੁਪਈਆ ਲੁਧਿਆਣੇ ਵਾਸਤੇ, 150 ਕਰੋੜ ਰੁਪਈਆ ਅੰਮ੍ਰਿਤਸਰ ਅਤੇ ਜਲੰਧਰ ਦੇ ਵਾਸਤੇ। ਸੋ ਸਾਡਾ ਜਿਹੜਾ ਕੰਮ ਹੈ ਉਹ ਤੁਰ ਪਿਆ, ਪਰ ਇੱਕ ਕੰਪ੍ਰੀਹੈਂਸਿਵ ਪਲਾਨ ਜਿਹਦੇ ਵਿੱਚ ਸੀਵੇਜ ਵੀ ਆਜੂਗਾ, ਜਿਹਦੇ ਵਿੱਚ ਅਮਰੁੱਤ ਦਾ ਜਿਹੜਾ ਸਾਰਾ ਪਾਣੀ ਦਾ ਪੰਜਾਬ ਦਾ ਉਹ ਹੈ ਉਹ ਵੀ ਆਜੂਗਾ, ਉਹ ਅਸੀਂ ਪਲਾਨ ਬਣਾ ਕੇ ਪੁਰੀ ਸਾਹਿਬ ਕੋਲ ਲਿਜਾ ਰਹੇ ਹਾਂ। ਮੈਂ ਚਾਹੁੰਦਾ ਕਿ ਪੁਰੀ ਸਾਹਿਬ ਆਪ ਉਸ ਪਲਾਨ ਨੂੰ ਅਨਾਊਂਸ ਕਰਨ, ਔਰ ਤੁਹਾਨੂੰ ਇਹ ਦੱਸਦਿਆਂ ਵੀ ਛੋਟਾ ਮੋਟਾ ਪਲਾਨ ਨਹੀਂ, ਉਹ 7,000 ਕਰੋੜ ਰੁਪਈਏ ਦਾ ਪਲਾਨ ਹੈ। ADB ਤੋਂ ਅਗਰ ਸਾਡਾ ਲੋਨ ਫੈਸਿਲੀਟੇਟ ਹੋ ਜਾਂਦਾ, ਨੋਰਮਲੀ ਲੋਨ ਮਿਲਦਾ 10% 11% 'ਤੇ, ਅਤੇ ADB ਦਿੰਦੀ ਹੈ 2% ਦੇ ਉੱਤੇ, ਔਰ ਦਿੰਦੀ ਵੀ 25 ਸਾਲ ਵਾਸਤੇ ਹੈ। ਅਸੀਂ ਸਰਕਾਰ ਜਿਹੜੀ ਹੈ ਉਹ 5 ਸਾਲ ਵਾਸਤੇ ਪਲਾਨ ਨਹੀਂ ਕਰਦੀ, ਅਗਲੇ 25 ਸਾਲਾਂ ਵਾਸਤੇ ਪਲਾਨ ਕਰਦੀ ਹੈ। ਸੋ ਹੋ ਸਕਦਾ ਉਹਦੇ ਵਿੱਚ ਸਾਨੂੰ ਪਹਿਲੇ 5 ਸਾਲ ਪਾਈ ਵੀ ਦੇਣੀ ਨਾ ਪਵੇ। ਸੋ ਇਹ ਬਹੁਤ ਵੱਡਾ ਪਲਾਨ ਜੇਤਲੀ ਸਾਹਿਬ, ਪੁਰੀ ਸਾਹਿਬ, ਅਲਫੋਂਸ ਜੀ ਔਰ ਕੈਪਟਨ ਅਮਰਿੰਦਰ ਸਿੰਘ ਜੀ ਦੇ ਤਾਲਮੇਲ ਦੇ ਨਾਲ ਇਹ ਉਪਰਾਲਾ ਹੋ ਰਿਹਾ। ਸਾਰਿਆਂ ਦੇ ਬਹੁਤ ਧੰਨਵਾਦੀ ਹਾਂ, ਅਤੇ ਭਾਰਤ ਸਰਕਾਰ ਦਾ ਇਹ ਕਹਿਣਾ ਹੈ ਕਿ ਪੰਜਾਬ ਦੀ ਉਸਾਰੀ ਹਿੰਦੁਸਤਾਨ ਦੀ ਉਸਾਰੀ ਹੈ, ਔਰ ਜ਼ਿੰਮੇਵਾਰੀ ਦੇ ਨਾਲ ਉਹ ਕਰਨਗੇ, ਔਰ ਸਾਨੂੰ ਉਹਨਾਂ ਤੋਂ ਬਹੁਤ ਵੱਡਾ ਸਹਿਯੋਗ ਮਿਲਿਆ ਕੈਪਟਨ ਅਮਰਿੰਦਰ ਸਿੰਘ ਦੀ ਹਦਾਇਤ ਦੇ ਉੱਤੇ। ਥੈਂਕ ਯੂ ਸਮੀਰ ਜੀ ਨੇ ਕੱਲ੍ਹ 5 ਘੰਟੇ ਮੀਟਿੰਗ ਲਿੱਤੀ ਹੈ, ਔਰ ਅਸੀਂ 3 ਸਮਾਰਟ ਸਿਟੀਜ਼ ਦੇ ਬਾਰੇ ਡਿਸਕਸ ਕੀਤਾ, ਓਵਰਆਲ ਪੰਜਾਬ ਦੀ ਉਸਾਰੀ ਦੇ ਪਲਾਨ ਦੇ ਬਾਰੇ, ਸਫਾਈ ਦੇ ਬਾਰੇ।